ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਉੱਪਰ ਪੀਐਸਟੈਟ 2023 ਨਾਲ ਸੰਬੰਧਿਤ ਹਰ ਤਰ੍ਹਾਂ ਦੀ ਤਾਜ਼ਾ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਤੁਹਾਨੂੰ ਹਰ ਤਰ੍ਹਾਂ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਪ੍ਰਾਪਤ ਹੋ ਸਕੇ ਸੋ 11 ਮਈ 2023 5 ਵਜੇ ਤੱਕ ਪ੍ਰੈਕਸ਼ਨ ਫੀਡਬੈਕ ਮੰਗੀ ਗਈ ਸੀ ਵਿਭਾਗ ਵੱਲੋਂ ਉਸਨੇ ਸਬੰਧ ਵਿੱਚ ਤੁਹਾਨੂੰ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਦੇ ਦਿੱਤੀ ਸੀ ਪਰ ਹੁਣ ਉਸ ਤੋਂ ਬਾਅਦ ਉਮੀਦਵਾਰਾਂ ਦੇ ਕਾਫੀ ਕੁਐਸਚਨਸ ਨੇ ਕਿ ਗ੍ਰੇਡ ਅੰਕਾਂ ਨੂੰ ਲੈ ਕੇ ਤੇ ਨਾਲ ਹੀ ਰਿਵਾਈਜ਼ ਅਨਸਰ ਕਿਨੂੰ ਲੈ ਕੇ ਇਸ ਤੋਂ ਪਹਿਲਾਂ ਤੁਹਾਡੇ ਨਾਲ ਮੈਂ ਥੋੜੀ ਜੀ ਇਨਫੋਰਮੇਸ਼ਨ ਰਿਵਾਈਜ਼ ਕਰਦੇ ਆ ਕਿ ਪੀਐਸ ਟੈਟ 1 ਜਿਨ੍ਹਾਂ ਨੇ ਹਲੇ ਤੱਕ ਆਪਣਾ ਰਿਜ਼ਲਟ ਨਹੀਂ ਚੈੱਕ ਕੀਤਾ ਉਹ ਵੈਬਸਾਈਟ ਦੇ ਉੱਪਰ ਜਾ ਕੇ ਵਿਜ਼ਿਟ ਕਰੋ ਉਹਨਾਂ ਦਾ ਮੈਂ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਸੋ ਉੱਥੇ ਜਾ ਕੇ ਚੈੱਕ ਕਰੋ ਤੁਹਾਡਾ ਰਿਜ਼ਲਟ ਆ ਚੁੱਕਿਆ ਹੈ ਪੀਐਸ ਟੈਟ 1 ਵਾਲਿਆਂ ਦਾ ਤੇ ਨਾਲ ਹੀ ਜੋ ਥੋੜੀ ਫਾਈਨਲ ਆਨਸਰ ਕੀ ਆ ਉਹ ਵੀ ਨਾਲ ਵਿਭਾਗ ਨੇ ਸ਼ੋ ਕੀਤੀ ਹੋਈ ਹੈ ਪੀਐਸਟੈਟ 1 ਵਾਲਿਆਂ ਦੀ ਸੋ ਹੁਣ ਪੀਐਸਟੈਟ ਜਿਹੜੇ 2 ਵਾਲੇ ਇਗਜ਼ਾਮ ਵਾਲੇ ਬੱਚੇ ਨੇ ਉਹਨਾਂ ਦੇ ਕੁਐਸਚਨ ਨੇ ਵੀ ਸਾਨੂੰ ਗ੍ਰੇਸ ਮਾਰਕਸ ਕਿੰਨੇ ਮਿਲਣਗੇ ਤਾਂ ਬੱਚੇ ਸਾਰੇ ਆ ਨੇ ਸਟੂਡੈਂਟਸ ਨੇ ਕਾਫੀ ਆਬਜੈਕਸ਼ਨ ਲਾਈ ਹੈ ਜਿਨ੍ਹਾਂ ਦਾ ਸਰਵੇ ਹੋਇਆ ਜਿਨ੍ਹਾਂ ਇੱਕ ਬੱਚੇ ਸਾਡੇ ਧਿਆਨ ਦੇ ਵਿੱਚ ਨੇ ਤਾਂ ਉਹਨਾਂ ਤੋਂ ਇਹੀ ਪਤਾ ਲੱਗਦਾ ਵੀ ਬੱਚਿਆਂ ਨੇ 6 ਤੋਂ 7-7 ਕੁਐਸਚਨਾਂ ਦੇ ਅਪ੍ਰੋਕਸੀਮੇਟ ਲਾਈ ਨੇ ਆਬਜੈਕਸ਼ਨ ਤੇ ਨਾਲ ਪ੍ਰੂਫ ਵੀ ਦਿੱਤੇ ਨੇ ਫੀਡਬੈਕ ਦੇ ਲਈ ਤਾਂ ਹੁਣ ਦੇਖੋ ਵਿਭਾਗ ਇਸ ਦੇ ਉੱਪਰ ਪੂਰਾ ਵਿਚਾਰ ਵਟਾਂਦਰਾ ਕਰੇਗਾ ਉਸ ਨੂੰ ਵੈਰੀਫਾਈ ਕਰੇਗਾ ਤਾਂ ਸੋ ਜਿਹੜੇ ਤੁਹਾਡੇ ਵਿਸ਼ਿਆਂ ਦੇ ਵਿੱਚ ਕਮੀਆਂ ਨੇ ਜੋ ਜੈਨੂਨ ਨੇ ਤਾਂ ਉਹਨਾਂ ਦੇ ਤੁਹਾਨੂੰ ਮਾਰਕਸ ਜ਼ਰੂਰ ਮਿਲਣਗੇ ਉਹ ਹੁਣ ਡਿਸਾਈਡ ਵਿਭਾਗ ਵੱਲੋਂ ਹੀ ਹੋਏਗਾ ਪਰ ਤਿੰਨ ਜਾਂ ਚਾਰ ਮਾਰਕਸ ਤੱਕ ਵਾਤ ਤੋਂ ਵਾਤ ਆਪਣੂ ਮੀਦੇ ਹੈ ਹੀ ਮਿਲਣਗੇ ਤੇ ਦੋ ਮਾਰਕਸਾਂ ਕਨਫਰਮ ਹੀ ਨਹੀਂ ਕਿਉਂਕਿ ਇੰਨੀਆਂ ਗਲਤੀਆਂ ਦਾ ਸਾਰੇ ਪਿਛਿਆਂ ਦੇ ਵਿੱਚ ਹੈਗੀਆਂ ਹੀ ਸੀ ਤੇ ਕਈ ਕੁਐਸਚਨਾਂ ਨੂੰ ਲੈ ਕੇ ਜਿਵੇਂ ਕੋਈ ਸੀਕਵੈਂਸ ਦੇ ਵਿੱਚ ਸੀਗੀ ਤੇ ਕਈ ਆਨਸਰਾਂ ਨੂੰ ਲੈ ਕੇ ਦੋ ਤਾਂ ਪ੍ਰੋਕਸੀਮੇਟ ਹੈਗੀ ਹੈਗੇ ਇਸ ਤੋਂ ਵੱਧ ਤੁਹਾਨੂੰ ਨੰਬਰ ਮਿਲ ਸਕਦੇ ਆ ਕਿਉਂਕਿ ਜਿੰਨੇ ਵੀ ਬੱਚਿਆਂ ਤੋਂ ਸਰਵੇ ਹੋਇਆ ਤਾਂ ਬੱਚਿਆਂ ਨੇ 8 8 9 9 ਤੱਕ ਕੁਐਸਚਨਾਂ ਦੇ ਗ੍ਰੇਸ ਮਾਰਕਸ ਲਈ ਕਮੈਂਟ ਲਾਏ ਆ ਫੀਡਬੈਕ ਦਿੱਤੀ ਆ ਸੋ ਹੁਣ ਦੇਖੋ ਵੀ ਭਾਗ ਇਸ ਦੇ ਉੱਪਰ ਕੀ ਪੁਸ਼ਟੀ ਦਿੰਦਾ ਹੈ ਤੇ ਤੁਹਾਨੂੰ ਕਿੰਨੇ ਆਨਸਰ ਮਿਲਦੇ ਨੇ ਸੋ ਹੁਣ ਜੋ ਤੁਹਾਡੀ ਰਿਵਾਈਜ਼ ਕੀ ਆਏਗੀ ਇਸ ਵੀਕ ਵੀ ਆ ਸਕਦੀ ਆ ਹੋ ਸਕਦਾ ਇੱਕ ਜਾਂ ਦੋ ਦਿਨਾਂ ਤੱਕ ਵੀ ਆ ਜੇ ਇਹ ਡਿਪੈਂਡ ਕਰਦਾ ਤੁਹਾਡੇ ਕੁਐਸਚਨਾਂ ਦੀ ਵੈਰੀਫਿਕੇਸ਼ਨ ਤੇ ਵੀ ਉਹ ਕਿੰਨੇ ਕੁ ਜੈਨੂਅਲ ਨੇ ਕਿਵੇਂ ਚੈੱਕ ਕਰਨਗੇ ਵਿਭਾਗ ਪੂਰਾ ਜਲਦੀ ਇਸ ਚੀਜ਼ ਤੇ ਉੱਪਰ ਨਹੀਂ ਰਿਜ਼ਲਟ ਦਿੰਦਾ ਹੁੰਦਾ ਵੀ ਇੱਕ ਦੋ ਦਿਨਾਂ ਬਾਅਦ ਹੀ ਰਿਵਾਈਜ਼ ਆਨਸਰ ਕੀ ਆਜੂਗੀ ਤਾਂ ਉਸੇ ਟਾਈਮ ਲੱਗਦਾ ਹੈ ਸਿਸਟਮ ਦੇ ਵਿੱਚ ਹਰ ਇੱਕ ਚੀਜ਼ ਦੀ ਜਾਂਚ ਹੁੰਦੀ ਹੈ ਉਸ ਤੋਂ ਬਾਅਦ ਹੀ ਆਪਣੇ ਆਨਸਰ ਆਪਾਂ ਨੂੰ ਮਿਲਣਗੇ ਉਸ ਤੋਂ ਬਾਅਦ ਜੋ ਤੁਹਾਨੂੰ ਰਿਵਾਈਜ਼ ਆਨਸਰ ਕੀ ਮਿਲੇਗੀ ਉਹ ਪੂਰੀ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਸੋਧ ਕੇ ਮਿਲੂਗੀ ਜਿਸ ਦੇ ਵਿੱਚ ਸਾਡੇ ਜਿਹੜੇ ਜੈਨੂਅਲ ਨੰਬਰ ਬਣਦੇ ਨੇ ਜਿਹੜੇ ਸਾਡੇ ਉਹ ਸਾ ਆਨਸਰ ਕੀ ਦੇ ਵਿੱਚ ਨਹੀਂ ਸੀਗੇ ਉਹ ਸਾਨੂੰ ਸਾਰਿਆਂ ਨੂੰ ਪਤਾ ਲੱਗ ਜੂਗਾ ਸਾਡਾ ਪੀਐਸ ਟੈਟ ਕਲੀਅਰ ਹੁੰਦਾ ਜਾਂ ਨਹੀਂ ਹੁੰਦਾ ਹੁਣ ਕਾਫੀ ਬੱਚੇ ਜੋ 80 ਮਾਰਕਸ ਨੇ ਕੈਟਾਗਰੀ ਦੇ ਉਹਨਾਂ ਨੂੰ ਵੀ ਕਨਫਿਊਜ਼ਨ ਹੈ ਉਹਨਾਂ ਦੇ ਵੀ 2 ਨੰਬਰ ਵੱਧ ਸਕਦੇ 82 ਆਰਾਮ ਨਾਲ ਹੋ ਜਾਣਗੇ 88 87 ਤੱਕ ਬੱਚਿਆਂ ਨੂੰ ਕਾਫੀ ਜ਼ਿਆਦਾ ਉਮੀਦ ਰੱਖਣੀ ਚਾਹੀਦੀ ਹੈ ਕਿਉਂਕਿ ਇੰਨੇ ਨੰਬਰ ਜਰੂਰ ਵਧਣਗੇ ਬਾਕੀ ਜੋ ਬੱਚੇ 4 ਜਾਂ 5 ਨੰਬਰ ਪਿੱਛੇ ਚੱਲ ਰਹੇ ਨੇ ਉਹਨਾਂ ਨੂੰ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਕਾਫੀ ਵਿਸ਼ਿਆਂ ਦੇ ਵਿੱਚ ਸੀਕਵੈਂਸ ਨੂੰ ਲੈ ਕੇ ਪ੍ਰੋਬਲਮਸ ਸਿਗੀਆਂ ਤੇ ਕਾਫੀ ਵਿਸ਼ਿਆਂ ਦੇ ਵਿੱਚ ਆਨਸਰਸ ਨੂੰ ਲੈ ਕੇ ਹੈਗੀਆਂ ਤਾਂ ਜੇ ਤੁਹਾਨੂੰ 4 ਜਾਂ 5 ਆਨਸਰ ਵੀ ਮਿਲਦੇ ਆ ਤਾਂ ਉਹ ਬੱਚੇ ਵੀ ਕਲੀਅਰ ਕਰ ਸਕਦੇ ਆ ਸੋ ਹੁਣ ਇਹ ਆਪਾਂ ਜਿਹੜੀ ਹੁਣ ਨੈਕਸਟ ਵੀਡੀਓ ਬਣਾਵਾਂਗੇ ਤੁਹਾਡੀ ਰਿਵਾਈਜ਼ ਅਨਸਰ ਕੀ ਨੂੰ ਲੈ ਕੇ ਬਣਾਵਾਂਗੇ ਜਾਂ ਕੋਈ ਨਿਊਜ਼ ਆਉਂਦੀ ਹੈ ਜਾਂ ਆਫੀਸ਼ੀਅਲ ਕੋਈ ਵੈਬਸਾਈਟ ਤੇ ਅਪਲੋਡ ਹੁੰਦੀ ਆ ਤੁਸੀਂ ਇਸ ਚੈਨਲ ਦੇ ਨਾਲ ਰੈਗੂਲਰ ਜੁੜ ਸਕਦੇ ਹੋ ਕਿਉਂਕਿ ਸਾਡੀ ਜੋ ਜਾਣਕਾਰੀ ਦੇਣ ਦਾ ਮਕਸਦ ਹੈ ਤੁਹਾਨੂੰ ਆਫੀਸ਼ੀਅਲ ਜਾਣਕਾਰੀ ਅਸੀਂ ਦਿੰਨੇ ਆ ਕਿਉਂਕਿ ਨਿਊਜ਼ ਚੈਨਲ ਹੈ ਇਹ ਇਸੋ ਲਾਵਾ ਮੁਲਾਜ਼ਮਾਂ ਦਾ ਪੈਨਸ਼ਨਸ ਤੇ ਹੋਰਨਾਂ ਭਾਗਾਂ ਦੇ ਨਾਲ ਸੰਬੰਧਿਤ ਤਾਜ਼ਾ ਨੋਟੀਫਿਕੇਸ਼ਨ ਸਾਂਝੇ ਕਰਦੇ ਰਹਿੰਦੇ ਆ ਜਰੂਰੀ ਇਹ ਨਹੀਂ ਵੀ ਪੀਆਟਟ ਵਾਲੇ ਹੀ ਬੱਚੇ ਸਾਡੇ ਨਾਲ ਜੁੜ ਸਕਦੇ ਮਾਸਟਰ ਕੇਡਰ ਦੀ ਤਿਆਰੀ ਲਈ ਤੁਸੀਂ ਜਾਣਕਾਰੀ ਇੱਥੋਂ ਪ੍ਰਾਪਤ ਕਰ ਸਕਦੇ ਹੋ ਤੇ ਹੋਰਨਾਂ ਭਾਗਾਂ ਦੇ ਵੀ ਨੋਟੀਫਿਕੇਸ਼ਨ ਅਸੀਂ ਸ਼ੇਅਰ ਕਰਦੇ ਰਹਿੰਦੇ ਆ ਸੋ ਪੂਰੀ سپورਟ ਦੇਣ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤਾਂ ਆਪਣੇ ਸਾਥੀਆਂ ਦੇ ਨਾਲ ਚੈਨਲ ਨੂੰ ਸ਼ੇਅਰ ਜਰੂਰ ਕਰੋ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਵੀ ਕਲਿੱਕ ਕਰ ਦਿਓ ਧੰਨਵਾਦ ਜੀ